ਮੇਰੇ ਵੱਲੋਂ ਆਪ ਸਭ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਅਸੀਂ ਦੂਜੇ ਨਾਲ ਕੇਵਲ ਵਿਵਹਾਰਿਕ ਗੱਲਾਂ ਹੀ ਕਰਦੇ ਹਾਂ ਅਤੇ ਹਰ ਮਨੁੱਖ ਰੂਪ ਕਿਸੇ ਅਜਿਹੇ ਪਿਆਰੇ ਦੀ ਲੋੜ ਹੁੰਦੀ ਹੈ ਜਿਸ ਨਾਲ ਸਾਰੀਆਂ ਗੱਲਾਂ ਕੀਤੀਆਂ ਜਾ ਸਕਣ ਇਸ ਕਰਕੇ ਜਿਉਂ-ਜਿਉਂ ਕੋਈ ਸਾਡਾ ਪਿਆਰਾ ਹੋ ਜਾਂਦਾ ਹੈ ਤਿਉਂ-ਤਿਉਂ ਅਸੀਂ ਆਪਣੀ ਜ਼ਿੰਦਗੀ ਦੇ ਅੰਦਰਲੇ ਪੇਤ ਉਸ ਨੂੰ ਦੱਸੀ ਜਾਂਦੇ ਹਾਂ ਦੂਜੀ ਧਿਰ ਵੱਲੋਂ ਸਾਨੂੰ ਆਪਣੇ ਨਿੱਜੀ ਵੇਰਵੇ ਦੱਸਣੇ ਉਸ ਸਾਡੇ ਵਿੱਚ ਵਿਸ਼ਵਾਸ ਦਾ ਪ੍ਰਗਟਾਵਾ ਹੁੰਦੇ ਆਏ ਕਿਸੇ ਵੀ ਵਪਾਰੀ ਘਟਨਾਵਾਂ ਦਾ ਦੁੱਖ ਉਸ ਨੂੰ ਹੀ ਆਪਣੀ ਨੇੜਤਾ ਦੇ ਅਨੁਪਾਤ ਦਾ ਮਹਿਸੂਸ ਹੁੰਦਾ ਹੈ ਪਿਆਰਿਆਂ ਤੇ ਸੋਹਣਿਆਂ ਨਾਲ ਨੱਚਣ ਅਤੇ ਤੁਰਨ ਵਿੱਚ ਕਦੇ ਥਕਾਵਟ ਨਹੀਂ ਹੁੰਦੀ ਆਪਣੇ ਪਿਆਰੇ ਨੂੰ ਆਉਂਦਾ ਵੇਖ ਕੇ ਅੱਖਾਂ ਭੱਜਣ ਗਉਣ ਲੱਗ ਪੈਂਦੀਆਂ ਹਨ ਅਸੀਂ ਪਸੰਦ ਆਉਣ ਵਾਲੇ ਲੋਕਾਂ ਦੀ ਹਾਜ਼ਰੀ ਨੂੰ ਹੀ ਮਾਨਦੇ ਹਾਂ ਜਦਕਿ ਵਿਰੋਧੀਆਂ ਦੀ ਹਾਜ਼ਰੀ ਵਿੱਚ ਸਾਨੂੰ ਆਪਣਾ ਆਪ ਵੀ ਬੋਝਣ ਲੱਗ ਪੈਂਦਾ ਹੈ ਦੁਸ਼ਮਣਾਂ ਵਿੱਚ ਹਮੈ ਹੁੰਦੀ ਹੈ ਹਮੈ ਦਾ ਰੂਪ ਕੋਈ ਹੋਵੇ ਉਸ ਨੂੰ ਪਸੰਦ ਨਹੀਂ ਕੀਤਾ ਜਾ ਸਕਦਾ ਪਿਆਰ ਵਿੱਚ ਹਮੇ ਦਾ ਬੋਝ ਲੈ ਜਾਂਦਾ ਹੈ ਜੇ ਕਿਸੇ ਸੋਹਣੀ ਨੂੰ ਆਪਣੇ ਸੋਹਣੇ ਹੋਣ ਦਾ ਗਮਾਨ ਹੋਵੇ ਉਸ ਨੂੰ ਭੇੜੇ ਵਿਅਕਤੀ ਵੀ ਭੇੜੇ ਸਮਝਿਆ ਜਾਂਦਾ ਹੈ ਸਾਡੀ ਸੋਚ ਸਾਰੀ ਲੁਕਾਈ ਨੂੰ ਚੰਗਿਆਂ ਮਾੜਿਆਂ ਵਿੱਚ ਵੰਡਦੀ ਹੈ ਸਾਡੀ ਸੋਚ ਜਿਸ ਨੂੰ ਚੁਣ ਲੈਂਦੇ ਹਾਂ ਉਸ ਨੂੰ ਵਿਸ਼ੇਸ਼ ਬਣਾ ਦਿੰਦੇ ਹੈ ਵਿਸ਼ੇਸ਼ ਬਣਾਉਣ ਦੀ ਇਸ ਪ੍ਰਕਿਰਿਆ ਨੂੰ ਹੀ ਪਿਆਰ ਕਹਿੰਦੇ ਹਨ ਸਾਡਾ ਪਿਆਰਾ ਇੱਕ ਅਜਿਹਾ ਵਿਅਕਤੀ ਹੁੰਦਾ ਹੈ ਜਿਸ ਨਾਲ ਅਸੀਂ ਉਸ ਦੀਆਂ ਲੰਬਾਈਆਂ, ਚੁੜਾਈਆਂ, ਡੂੰਘਾਈਆਂ ਅਤੇ ਸਿਖਰਨ ਨੂੰ ਨਾਪਦੇ ਹਾਂ ਪਿਆਰੇ ਵਾਂਗ ਦੁਸ਼ਮਣ ਦੀ ਵਿਸ਼ੇਸ਼ ਵਿਅਕਤੀ ਹੁੰਦਾ ਹੈ ਪਰ ਪਿਆਰੇ ਨੂੰ ਮੁਸਕਰਾਹਟਾਂ ਮਿਲਦੀਆਂ ਹਨ ਅਤੇ ਦੁਸ਼ਮਣ ਨੂੰ ਧੋੜੀਆਂ ਜਿਹੜਾ ਸਾਨੂੰ ਸੋਹਣਾ ਪਿਆਰਾ ਲੱਗਦਾ ਹੈ ਉਸ ਨੂੰ ਅਸੀਂ ਆਪਣੇ ਨਾਲ ਉਚੇਰੇ ਅਤੇ ਆਪਣੇ ਆਪ ਨਾਲੋਂ ਨੀਵਾ ਸਮਝਣ ਲੱਗ ਪੈਂਦੇ ਹਾਂ ਅਤੇ ਆਪਣੇ ਸੁੱਖ ਨਾਲੋਂ ਉਸ ਦਾ ਸੁੱਖ ਪਹਿਲਾਂ ਸੋਚਦੇ ਹਾਂ ਅਤੇ ਆਪਣੇ ਦੁੱਖ ਨਾਲੋਂ ਉਸ ਦਾ ਦੁੱਖ ਵੱਡਾ ਸਮਝਦੇ ਹਾਂ ਅਤੇ ਇਸ ਲਈ ਸਾਡੇ ਵੱਲੋਂ ਕੀਤੀ ਜਾਣ ਵਾਲੀ ਕੁਰਬਾਨੀ ਦਾ ਕਦ ਉੱਚਾ ਹੁੰਦਾ ਹੈ ਧੰਨਵਾਦ